لا إله إلا الله محمد رسول الله. एक वाकया एहो जिहा हैगा कि मैं वो बयान बड़ा घट किया, बहरहाल बच्चा अमर अच्छा आदमी, तो उसके लिए यह हम एक शूटिंग से आ रहे हैं सज्जे पास से दाएं तरफ ना जंगल ही जंगल है, बाएं तरफ झील है पानी दी, कोई बंदा ना अगे ना ट्रैफिक ना पिछे ट्रैफिक। रात का टाइम हो गया, मगरब का टाइम, मैनू कहंदे आस नहीं यार, मेरा दिल करता इत्थे मैं अजान दे, मैं कह लाला जी जान दे खुदा दा वास्ता जी, ਤੁਹਾਡਾ ਮਤਲਬ ਉਜਾੜ 'ਚ ਦਿਲ ਕਰ ਪਿਆ, ਇੱਥੇ ਕੋਈ ਸਾਨੂੰ ਕੁੱਤੇ ਬਿੱਲੇ ਭਾਵੇਂ ਪੈ ਜਾਣ, ਕੀ ਗੱਲ ਦੇ ਤੁਸੀਂ? ਮੈਂ ਬੜਾ ਮਤਲਬ ਮਜ਼ਾਕ ਵੀ ਸੀ ਗੱਲਾਂ ਕਰਦਾ ਰਿਹਾ, ਉਹ ਨਹੀਂ ਮੰਨੇ। ਮੈਂ ਕਿਹਾ ਖਬਰੇ ਕਿੰਨਾ ਕੁ ਦਿਲ ਕਰਦਾ ਪਿਆ ਇਹਦਾ। ਮੈਂ ਕਿਹਾ ਲਾਲਾ ਜੀ ਚਲੋ ਠੀਕ ਹੈ, ਫਿਰ ਅੱਗੇ ਪਿੱਛੇ ਹੋ ਕੇ ਨਮਾਜ਼ ਪੜ੍ਹ ਲੈਂਦੇ, ਇਮਾਮ ਜਿੱਥੇ ਅਜ਼ਾਨ ਹੋ ਜਾਵੇ ਫਿਰ ਉੱਥੇ ਇਮਾਮਤ ਵੀ ਕਰਾਉਣੀ ਪੈਂਦੀ। ਮੈਂ ਕਿਹਾ ਚਲੋ ਦੋ ਮਸਲਿਆਂ 'ਤੇ ਦੋ ਮਤੇ ਵੀ ਜਮਾਤ ਕਰ ਲੈਂਦੇ। ਮੈਂ ਬਦਲ ਜਿਹਾ ਹੋ ਕੇ ਉਹਨਾਂ ਨੂੰ ਕਿਹਾ, ਮੈਂ ਕਿਹਾ ਪਤਾ ਖਬਰੇ ਕਿੰਨਾ ਦਿਲ ਕਰਦਾ ਇਹਦਾ। ਲਓ ਜੀ ਉਹਨਾਂ ਨੇ ਅਜ਼ਾਨ ਸ਼ੁਰੂ ਕੀਤੀ ਹੈ, ਦੋ ਮਸੱਲੇ ਵਿਛਾਏ ਨੇ ਅਤੇ ਦੋ ਮਸੱਲੇ ਵਿਛਾਏ ਨੇ ਅਤੇ ਤਿੰਨ ਬੰਦੇ ਆਏ ਨੇ ਮੋਟਰਸਾਈਕਲ 'ਤੇ, ਉਹਨਾਂ ਨੇ ਆ ਕੇ ਉੱਥੇ ਬ੍ਰੇਕ ਲਾ ਲਈ। ਮੈਂ ਉਹਨੂੰ ਕਿਹਾ ਲਾ ਭਾਈ ਜਾਨ ਆਏ ਵਜ਼ੂ ਕਰ ਲਿਆ, ਉਹਨੇ ਕਹਿੰਦੇ ਜੀ ਵਜ਼ੂ ਸਾਡਾ ਆਇਆ। ਇੰਨੀ ਦੇਰ 'ਚ ਨੇ ਪਾਣੀ 'ਚੋਂ ਇੱਕ ਬੇੜਾ ਜਿਹਾ ਆਉਣਾ ਸ਼ੁਰੂ ਹੋ ਗਿਆ ਸਾਡੇ ਵੱਲ ਨੂੰ, ਬੰਦੇ ਹੀ ਬੰਦੇ ਉਸਦੇ, 10-12 ਬੰਦੇ ਬੈਠੇ, ਉਹ ਅਜ਼ਾਨ ਦੇ ਰਹੇ ਨੇ, ਉਹ ਆ ਰਹੇ ਨੇ ਸਾਡੇ ਵੱਲ, ਅਜ਼ਾਨ ਦੇ ਰਹੇ ਨੇ, ਆ ਰਹੇ ਨੇ। ਔਰ ਇਹ ਮੈਂ ਜਗ੍ਹਾ ਨਹੀਂ ਭੁੱਲ ਗਈ ਮੈਨੂੰ, ਬਾਹਰ ਬੜੀ ਦੇਰ ਦੀ ਪੁਰਾਣੀ ਦੀ ਗੱਲ, ਬਸ ਉਹ ਲੋਕੇਸ਼ਨ ਮੈਨੂੰ ਯਾਦ ਰਹੀ ਵੀ ਕੈਸਾ। ਉਸ ਤੋਂ ਬਾਅਦ ਜਨਾਬ ਉਹ ਬੰਦੇ ਉੱਤੇ ਉਤਰੇ ਨੇ, ਉਹਨਾਂ ਨੂੰ ਮੈਂ ਕਿਹਾ, ਮੈਂ ਮਸਾਲੇ ਵਿਛਾ ਤੇ, ਗੱਡੀ 'ਚ ਹਰ ਇੰਤਜ਼ਾਮ ਹੁੰਦਾ ਸੀ, ਟੋ ਚੈਨ ਦਾ ਇੰਤਜ਼ਾਮ ਹੁੰਦਾ ਸੀ, ਕਿਸੇ ਦੀ ਗੱਡੀ ਖਰਾਬ ਹੋ ਜਾਵੇ ਤਾਂ ਉਹਨੂੰ ਉਹਦੇ ਤੱਕ ਵਰਕਸ਼ਾਪ ਤੱਕ ਪਹੁੰਚਣਾ, ਜਾਂ ਬੀਬੀਆਂ ਨੂੰ ਘਰ ਪਹੁੰਚਾ ਦੇਣਾ, ਵਰਕਸ਼ਾਪ ਉਹਨਾਂ ਦੇ ਘਰ ਪਹੁੰਚਾ ਕੇ ਉਸ ਤੋਂ ਬਾਅਦ ਗੱਡੀ ਉਹਨਾਂ ਦੀ ਘਰ ਪਹੁੰਚਾ ਦੇਣੀ, ਇਹੋ ਜਿਹਾ ਉਹ ਇੰਤਜ਼ਾਮ ਕਰਕੇ ਚੱਲਦੇ ਹੁੰਦੇ ਸੀ ਸਫ਼ਰ। ਅਤੇ ਉਹ ਜਨਾਬ ਉਹ ਬੰਦੇ ਆਏ ਨੇ, ਮੈਂ ਉਹਨਾਂ ਨੂੰ ਵੀ ਕਿਹਾ ਵਜ਼ੂ ਕਰ ਲਓ, ਮਸੱਲੇ ਮੈਂ ਵਿਛਾਤੇ, ਹੋਰ ਸਾਰਿਆਂ ਨੇ ਨਮਾਜ਼ ਪੜ੍ਹੀ ਹੈ, ਕਿਸੇ ਨੇ ਲਾ ਇਲਾਹ ਇਲੱਲਾ ਮੁਹੰਮਦ ਰਸੂਲ ਇਹ ਨਹੀਂ ਕਿਹਾ, ਰਾਈ ਸਾਹਿਬ ਤੁਸੀਂ ਹੋ, ਕਿਸੇ ਨੇ ਨਹੀਂ ਕਿਹਾ। ਉਹਨਾਂ ਨੇ ਸਿਰਫ ਇਹ ਕਿਹਾ ਨਮਾਜ਼ ਪੜ੍ਹਨ ਤੋਂ ਬਾਅਦ ਕਿ ਭਾਈ ਜਾਨ ਆਪਣੇ ਅਜ਼ਾਨ ਇਤਨੀ ਅੱਛੀ ਦੀ ਹੈ ਕਿ ਹਮਾਰਾ ਦਿਲ ਕਹਾ ਕਿ ਆਪਕੇ ਪਿੱਛੇ ਨਮਾਜ਼ ਪੜ੍ਹੇ। ਕਿਆ ਬਾਤ ਹੈ। ਔਰ ਮੈਂ ਸਰ ਉਸੇ ਤਰ੍ਹਾਂ ਫਿਰ ਗੱਲਾਂ ਬਾਤਾਂ ਕਰਕੇ ਮੈਂ ਮਸੱਲੇ ਲਪੇਟਣੇ ਸੀ, ਮੈਨੂੰ ਤਾਂ ਟਾਈਮ ਲੱਗਣਾ ਹੀ ਸੀ ਕਿਉਂਕਿ ਇੰਨੇ ਮਸੱਲੇ ਵਿੱਚ ਆਏ, ਉਹ ਇਕੱਠੇ ਕਰਨੇ, ਇਹ ਉਹ ਕਰਨਾ, ਬਸ ਮੋਟਰਸਾਈਕਲ ਵਾਲੇ ਮੋਟਰਸਾਈਕਲ ਗਏ ਨੇ ਦੇਖਿਆ ਤਾਂ ਉਹ ਨਹੀਂ ਨਜ਼ਰ ਆ ਰਹੇ, ਉਹ ਕਸ਼ਤੀ 'ਚ ਗਏ ਨੇ ਤਾਂ ਉਹ ਨਹੀਂ ਨਜ਼ਰ ਆਏ, ਉਸ ਤੋਂ ਬਾਅਦ ਅਸੀਂ ਇਕੱਲੇ ਉੱਥੇ ਰਹਿ ਗਏ ਅਤੇ ਅਸੀਂ ਦੋਵੇਂ ਰਹਿ ਗਏ ਅਤੇ ਅਸੀਂ ਅੱਗੋਂ ਤੁਰ ਪਏ। ਇਹ ਮਤਲਬ ਰਾਈ ਸਾਹਿਬ ਦੀ ਮਕਬੂਲੀਅਤ ਅਖੀਰ ਹੋ ਗਈ ਸੀ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਵਾਂ ਵੀ ਰਾਈ ਸਾਹਿਬ ਦੀ ਆਖਰੀ ਦੁਆ ਸੀ, ਸ਼ਬਰਾਤ ਦਾ ਮਹੀਨਾ ਸੀ, ਸ਼ੁਰੂ ਹੋਇਆ ਸ਼ਬਰਾਤ ਦੀ ਰਾਤ ਸੀ, ਅਤੇ ਇਹ ਨਮਾਜ਼ ਪੜ੍ਹਨ ਤੋਂ ਦੂਸਰੇ ਦਿਨ ਅਸੀਂ ਇਸਲਾਮਾਬਾਦ ਜਾਣਾ ਸੀ। ਉਸ ਦਿਨ ਰਾਈ ਸਾਹਿਬ ਨੇ ਦੁਆ ਇਹ ਕੀਤੀ ਕਿ ਅੱਲਾ ਲਾਜ਼ਵਾਲ ਤੇਰੀ ਜ਼ਾਤ ਹੈ, ਮੁਝੇ ਜ਼ਵਾਲ ਆਉਣਾ ਹੀ ਆਉਣਾ ਹੈ, ਤੋ ਮੁਝੇ ਇੱਜ਼ਤ ਵਾਲਾ ਜ਼ਵਾਲ ਅਤਾ ਫਰਮਾਉਣਾ। ਇਹ ਸ਼ਬਰਾਤ ਦੀ ਰਾਤ ਨੂੰ ਉਹਨਾਂ ਨੇ ਬੜੀ ਮੁਫੱਸਲ ਤਰੀਨ ਦੁਆ ਮੰਗੀ, ਤਵੀਲ ਤਰੀਨ, ਔਰ ਉਹਦਾ ਮਤਲਬ ਲੱਭੇ ਲਵਾਬੇ ਸੀ ਕਿ ਮੈਨੂੰ ਇੱਜ਼ਤ ਵਾਲਾ ਜ਼ਵਾਲ ਅਤਾ ਫਰਮਾਈ, ਕਿਉਂਕਿ ਲਾਜ਼ਵਾਲ ਤਾਂ ਤੇਰੀ ਜ਼ਾਤ, ਮੈਨੂੰ ਤਾਂ ਜ਼ਵਾਲ ਆਉਣਾ ਹੀ ਆਉਣਾ ਹੈ। ਅਤੇ ਉਹ ਕੰਮ ਕਰਦੇ ਔਰ ਆਖਰੀ ਦਮ ਤੱਕ ਮਤਲਬ ਫਰੇਮ ਜਿਹੜਾ ਸੀ ਮਿੱਟੀ ਪੈ ਰਹੀ ਸੀ, ਉਹਨਾਂ ਦਾ ਚਿਹਰਾ ਜਿਹੜਾ ਸੀ ਉਹਦੇ ਐਕਸਪੋਜ਼ ਕੀਤੀ ਜਾ ਰਹੀ ਸੀ ਕਬਰ। ਯਾਰ ਰਾਈ ਸਾਹਿਬ ਦੀਆਂ ਗੱਲਾਂ ਜਿਹੜੀਆਂ ਨੇ ਉਹ ਖਤਮ ਹੋਣ ਨਾ, ਸਿਲਸਿਲਾ ਜਿਹੜਾ ਨਾ ਖਤਮ ਹੋਣਾ। ਅਤੇ ਬਹਰਹਾਲ ਉਹਨਾਂ ਦੀਆਂ ਜਿੰਨੀਆਂ ਵੀ ਗੱਲਾਂ ਕਰ ਲਈ ਅਸੀਂ, ਬੇਵਾਂ ਨਾਲ ਮੁਹੱਬਤ ਪਿਆਰ, ਆ ਛੋਟੇ ਤਬਕੇ ਨਾਲ ਪਿਆਰ, ਇਹ ਵਲੀ ਆਦਮੀ ਸੀ ਪਾਕਿਸਤਾਨ ਦਾ, ਮਜ਼ਦੂਰ ਆਦਮੀ, ਹਾਂ ਬਿਲਕੁਲ, ਬੜਾ ਪਿਆਰ ਕੀਤਾ ਉਹਨਾਂ ਨੇ, ਫਿਲਮ ਇੰਡਸਟਰੀ ਨਾਲ ਵੀ ਬੜਾ ਪਿਆਰ ਕੀਤਾ। ਇੱਕ ਦਿਨ ਦੀ ਲੇਟ, ਉਹਨੇ ਅਮਰੀਕਾ ਗਿਆ ਜਿਹੜੀ ਡੇਟ ਦੇ ਕੇ ਗਿਆ, ਉਹਦੇ 'ਤੇ ਆ ਕੇ ਉਹਨੇ ਕੰਮ ਕਰਨਾ, ਚਾਹੇ ਉਹਨੇ ਸਮਾਨ ਐਂਜ ਕਰਕੇ ਗਲੀ 'ਚੋਂ ਬਾਹਰ ਘਰ ਸੁੱਟਿਆ, ਸੜਕ ਤੋਂ ਬਾਹਰ ਆ ਕੇ ਨਾ ਸਮਾਨ ਗੇਟ ਖੋਲ੍ਹ ਕੇ ਅੰਦਰ ਆ ਕੇ ਅਤੇ ਆਪ ਇੱਥੇ ਛੋੜ ਹੁੰਦੇ ਆ ਗਏ। ਹੁਣ ਅਮਰੀਕਾ ਤੋਂ ਬੰਦਾ ਆਇਆ ਹੋਵੇ ਤਾਂ ਨਖਰੇ ਨਹੀਂ ਮਾਣਦੇ।